हिसार किसान मेले बाईया ने स्टाल लाई हुई और करतार ट्रैक्टर की बाई जी जानकारी देंगे ट्रैक्टर की। हां जी बाई जी पहला सब तो पहला स्वागत है चैनल दो जानकारी बाई जी सानू ट्रैक्टर की। ਇਹ ਜਿਹੜਾ ਮਾਡਲ ਆਪਾਂ ਦੇਖ ਰਹੇ ਹਾਂ ਕਰਤਾਰ ਗਲੋਬ ਟਰੈਕ ਸੀਰੀਜ਼ ਦਾ 4x4 ਟਰੈਕਟਰ ਆ, 59 ਮਾਡਲ ਦਾ ਨੇਮ ਹੈ। ਓਕੇ, ਇਹ ਟਰੈਕਟਰ 60 ਹਾਰਸ ਪਾਵਰ ਕੈਟਾਗਰੀ ਦਾ ਟਰੈਕਟਰ ਆ ਜਾਂਦਾ ਹੈ। ਇਹਦੇ ਤੁਹਾਨੂੰ 4 ਵੀਲ 2 ਵੀਲ ਦੋਨੇ ਵੇਰੀਐਂਟ ਮਿਲ ਜਾਂਦੇ ਨੇ। ਓਕੇ, ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਰੈੱਡ ਤੇ ਬਲੂ ਦੋਨੋਂ ਕਲਰ ਮਿਲ ਜਾਂਦੇ ਨੇ। ਠੀਕ ਆ ਜੀ। ਜੇ 4 ਵੀਲ ਟਰੈਕਟਰ ਦੇ ਉੱਪਰ ਗੱਲ ਕਰਦੇ ਹਾਂ ਫਰੰਟ ਤੋਂ ਦੇਖੀ ਤਾਂ ਫਰੰਟ ਦੇ ਉੱਤੇ ਤੁਹਾਨੂੰ ਜੈਰੀਕਿੰਡ ਦਾ weight ਮਿਲ ਜਾਂਦੇ ਨੇ। weight ਮੈਂ ਕੰਪਨੀ ਨਾਲ ਦੇ ਰਹੀ ਆ ਹਨਾ ਜੀ। ਇਹਦੇ ਵਿੱਚ ਕਿੰਨੇ ਕਿਲੋ ਦਾ ਆਵੇ ਜੀ? 20 ਕਿਲੋ ਦਾ weight ਹੈ ਜੀ। ਆਪਾਂ 4 ਵੀਲ ਡਰਾਈਵ ਦੇ ਵਿੱਚ ਨਾ ਦੋ ਆਪਸ਼ਨਾਂ ਰੱਖੀਆਂ ਨੇ। ਓਕੇ, अगर कस्टमर आरओपी क्रोपी के नाल लेना जावे तो अगे 6 वेट आउंदे आ, पिछे 36 किलो दे दोनों टर्म एक एक वेट आउंदा ठीक है जी। पर अगर बिना आरओपी क्रोपी तो लेना गा तो अगे 4 वेट आउंदे आ, पिछे वेट नहीं आउंदे। ओदा प्राइस दा भी फर्क है ना? हां, ओदा रेट दा फर्क पै जांदा। ठीक है, जिहड़ी आरओपी ते वेट आउंदा ओदा ऑटोमेटिक ही ओदा रेट फ्री होणा। हां, ते होर दिओ भाई जी जानकारी। उस तों बाद गल करिए फ्रंट एक्सल दी, तां फ्रंट एक्सल इहदा करारो कंपनी दा। करारो दा, ठीक है जी। और टायर देख रहे हो तुसीं, एमआरएफ दे टायर आपां यूज करदे आ इहदे विच। ओके जी। फ्रंट सपोर्ट देखिए, नॉर्मल तुसीं ट्रैक्टर देखे होने ना कि एफए भी बहुत हल्के होंगे। हाँ, बहुत हैवी है भाई जी। हाँ, साड़ी फ्रंट सपोर्ट दा ही वेट अच्छा खासा है। ओके, उस तो बाद अगे ब्रैकट आ जाती है कि फिर वेट आ जाता है ट्रैक्टर के अगले टर्म दे वेट बहुत वधिया वेट है। इंजन की गल करिए, कंपनी ने 4 सिलेंडर कर्लोस्कर इंजन यूज किया है। ठीक है जी। 4 सिलेंडर कर्लोस्कर इंजन अभी तक ट्रैक्टर इंडस्ट्री के विच नहीं आया। तो एक भाई जी, ये केड़े केड़े मॉडल आ जांदे ने जी? मॉडल इन्हां दे आपां फिलहाल 40 एचपी तो लेके 60 एचपी तक, 40 36 45 एचपी 45 36 ओके 50 एचपी दे विच 52 एचपी सेम रहूगी। नहीं देखो, टू व्हील ड्राइव दे विच जिद्दां बंपर देख रहे हो तुसीं, बंपर होएगा। ओके, फोर व्हील नाल जारी के वेट रहेंगे। ठीक है जी। और उस तो बाद 50 एचपी दे विच साडे कोल 3 तरह दे मॉडल आ जांदे आ कि करारो ट्रांसमिशन दे विच आ जांदा 50 36। ओके जी। साडी खुद दी ट्रांसमिशन दे विच 51 36 आ जांदा 8+2 दे नाल, और सुपर सीटर स्पेशल ट्रैक्टर आंदा 16+4 ट्रांसमिशन नाल। इहदे पैडलां दी जानकारी वी, सस्पेंडल पैडल ने भाई, इहदे सस्पेंडल पैडल आ जांदे ने जी। इहदे नाल भाई जी आपां नूं पैरां नूं थकान नहीं हुंदी हणा। इहदे नाल ट्रांसमिशन दी गल करीदे आ, इह करारो कंपनी दी ट्रांसमिशन आ जांदी है 12+12 गियर सिंक्रोनस गियर में आ जांदे ने विच। ओके जी। 12 फॉरवर्ड 12 रिवर्स शटल लीवर आ ਜਾਂਦਾ ਨਾਲ, ਸ਼ਟਲ ਲੀਵਰ ਆ ਗਿਆ। ਜਿਵੇਂ ਆਪਣੇ ਨਾਰਮਲ ਕਿਸਾਨ ਕਹਿੰਦੇ ਜਿਹੜੇ ਗੇਅਰ ਤੇ ਅੱਗੇ ਜਾਂਦਾ ਉਸੇ ਗੇਅਰ ਦੀ ਪਿੱਛੇ ਆ ਜਾਂਦਾ। ਬਾਕੀ ਆ ਵੀ ਸਿਸਟਮ ਬਹੁਤ ਵਧੀਆ ਦਿੱਤਾ ਹੋਇਆ, ਇਹ ਨਹੀਂ ਹੈਗਾ ਵੀ ਆਪਣੀ ਜੇਬ ਤੇ ਹੋ ਜਾ ਕੋਈ ਚੀਜ਼, ਕੋਈ ਵੀ ਨਹੀਂ ਡਿੱਗਦੀ, ਨੀਚੇ ਨਹੀਂ ਜਾਂਦੀ ਹੈਗੀ। ਪ੍ਰੋਪਰ ਕਵਰ ਪੂਰਾ ਟਰੈਕਟਰ ਪੂਰਾ ਪ੍ਰੋਪਰ ਕਵਰ ਕੀਤਾ ਹੋਇਆ ਜੀ। ਠੀਕਾ ਕੰਪਨੀ ਦੇ ਵਿੱਚ ਲਿਫਟ ਆ ਜਾਂਦੀ ਹੈ। ਠੀਕ ਆ ਜੀ। ਆ ਦੇਖ ਸਕਦੇ ਹੋ ਤੁਸੀਂ ਬੈਕ ਤੇ ਵੀ weight ਦਿੱਤੇ ਹੋਏ ਨੇ ਜੀ ਟਰੈਕਟਰ ਦੇ। ਇਹ ਕਿੰਨੇ ਕਿੰਨੇ ਕਿਲੋ ਦੇ ਨੇ ਬਾਈ? 36 ਕਿਲੋ ਦੇ weight ਆ ਜਾਂਦੇ ਆ ਜੀ ਸਾਡੇ ਹਨਾ। ਐਮਆਰਐਫ ਦੇ ਟਾਇਰਾਂ ਦੇ 16928 ਰੇਟ ਦੇ ਟਾਇਰ ਆ ਜਾਂਦੇ ਨੇ। ਫੋਰ ਵੀਲ ਦੇ ਵਿੱਚ 16928 ਤੇ 9524 ਫਰੰਟ ਟਾਇਰ ਮਿਲ ਜਾਂਦੇ ਆ। ਟੂ ਵੀਲ ਦੇ ਵਿੱਚ 7516 ਤੇ 16928 ਦੇ ਟਾਇਰ ਮਿਲ ਜਾਂਦੇ ਹੈਗੇ। ਤੇ ਬੈਕ ਤੋਂ ਦੇ ਦਿਓ ਬਾਈ ਜੀ। ਲਿਫਟ ਕਪੈਸਿਟੀ ਦੀ ਗੱਲ ਕਰੀਏ ਤਾਂ 2200 ਕੇਜੀ ਦੀ ਲਿਫਟ ਕਪੈਸਿਟੀ ਹੈ, ਮੀਟਾ ਕੰਪਨੀ ਦੀ ਲਿਫਟ ਹੈਗੀ। ਓਕੇ। ਔਰ ਪੀਟੀਓ ਦੀ ਗੱਲ ਕਰੀਏ ਤਾਂ ਪੀਟੀਓ ਦੇ ਵਿੱਚ ਤੁਹਾਨੂੰ 540 ਇਕਨੋਮੀ ਤੇ ਗਰਾਊਂਡ ਸਪੀਡ ਪੀਟੀਓ ਮਿਲ ਜਾਂਦੀ ਹੈ। ਓਕੇ। ਇਹ ਤੁਸੀਂ ਦੇਖ ਰਹੇ ਹੋ ਕੰਪਨੀ ਫਿੱਟ ਦਾ ਹਿੱਟ ਹੈ, ਬਹੁਤ ਹੈਵੀ ਆ ਨਾ ਬਾਈ, ਬਹੁਤ ਸਾਰੇ ਹੈਵੀ ਹੋਈ ਹੈ ਜੀ। ਇਹ ਮਤਲਬ ਕਿ ਦੇਖ ਸਕਦੇ ਹੋ ਤੁਸੀਂ ਭਾਈ, 30 ਤੋਂ ਲੈ ਕੇ 40 ਕਿਲੋ ਤੱਕ ਵਜਨ ਹੋਊਗਾ ਹੱਕ ਦਾ। ਇਹਦਾ ਵਜਨ ਤਕਰੀਬਨ 35 ਤੋਂ 40 ਦੇ ਵਿੱਚ ਹੈਗਾ ਜੀ। ਹਾਂ, ਬਾਕੀ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਦੇਖ ਰਹੇ ਹਾਂ ਵੀ ਕੰਪਨੀ ਫਿੱਟਡ ਕਾਫੀ ਹੈਵੀ ਹੈ, ਬਹੁਤ ਹੈਵੀ ਦਿੱਤੀ ਹੋਈ ਆ। ਬਾਕੀ ਕਲਰ ਦੀ ਕੁਆਲਿਟੀ ਬਹੁਤ ਸੋਹਣੀ ਆ ਜੀ ਟਰੈਕਟਰ ਦੀ ਹਨਾ ਬਾਈ। ਨਾਲ ਆਪਾਂ ਨੂੰ ਆਰਓਪੀ ਕਨੋਪੀ ਮਿਲਦੀ ਹੈ। ਆ ਬਹੁਤ ਵਧੀਆ ਚੀਜ਼ ਆ ਬਾਈ ਜਿਹੜੀ ਤੁਸੀਂ ਨਾਲ ਦੇ ਰਹੇ ਹੋ। ਕਨੋਪੀ ਹੈ ਨਾ, ਤੁਸੀਂ ਅਗਰ ਦੇਖੋਗੇ ਤਾਂ ਕਨੋਪੀ ਆਪਣੀ ਸਿੱਧੀ ਐਕਸਲ ਟਿਊਬਾਂ ਨਾਲ ਬਣੀ ਹੋਈ ਆ, ਫੈਂਡਰ ਕਨੋਪੀ ਦੇ ਨਾਲ ਨਹੀਂ ਹੈ। ਨਹੀਂ, ਆਪਾਂ ਮਾਰਕੀਟ ਤੋਂ ਲਵਾਉਣੇ ਆ ਕਨੋਪੀ, ਫੈਂਡਰਾਂ ਦਾ ਲਾਉਂਦੇ, ਫੈਂਡਰਾਂ ਨਾਲ ਲਾਉਂਦੇ। ਇਹ ਬਹੁਤ ਵਧੀਆ ਚੀਜ਼ ਆ ਵੀ ਕੱਲ ਨੂੰ ਆਪਣਾ ਕੋਈ ਟਰੈਕਟਰ ਪਲਟਦਾ ਜਾ, ਇਹ ਨਹੀਂ ਹੈਗਾ ਵੀ ਡਰਾਈਵਰ ਦੇ ਸਾਥ। ਨਹੀਂ, ਡਰਾਈਵਰ ਦੀ ਸੇਫਟੀ ਲਈ ਆਉਂਦੀ ਆ ਆਰਓਪੀ ਜੀ, ਟਰੈਕਟਰ ਨਾਲੋਂ 2 ਗੁਣਾ ਜ਼ਿਆਦਾ weight ਚੱਕ ਲੈਂਦੀ ਆ। ਚੱਕ ਲੈਂਦੀ ਆ, ਸਹੀ ਗੱਲ ਹੈ ਜੀ। ਤੇ ਬਾਈ ਜੀ ਹੋਰ ਦੇ ਦਿਓ ਕੋਈ ਜਾਣਕਾਰੀ ਸਾਨੂੰ। ਬਾਕੀ ਇਹਦੇ ਵਿੱਚ ਤੁਸੀਂ ਇੱਧਰ ਦੇਖੋਗੇ ਇੱਕ ਬੈਟਰੀ ਕੱਟ ਆਊਟ ਵਿੱਚ ਲੱਗੀ ਹੋਈ ਹੈਗੀ। ਹਾਂ, ਉਹ ਬਹੁਤ ਵਧੀਆ ਚੀਜ਼ ਆ ਬਾਈ ਜੀ, ਆ ਦੱਸੋ ਸਾਨੂੰ ਮਾੜਾ ਜਿਹਾ। ਬਾਈ ਜੀ ਦੇਖਿਓ ਇੱਕ ਮਿੰਟ, ਆ ਸੁੱਚ ਬਾਰੇ ਬੈਟਰੀ ਕੱਟ ਆਊਟ ਵਿੱਚ ਦਿੱਤੀ ਹੈ ਜੀ। ਤੁਸੀਂ
दोनों साइड और रेडिएटर की गल करी जी कॉपर का रेडिएटर आ जाता है राइट है एयर क्लीनर आ जाता है और सब तो बड़ी गल है सर्विस इंटरवल पहली सर्विस 50 घंटे तो 500 घंटे का सर्विस 500 घंटे दे ਉਹ ਬਾਕੀ ਤੁਸੀਂ ਜਦੋਂ ਕਿਸੇ ਨੇ ਟਰੈਕਟਰ ਲੈ ਲਿਆ ਉਹ ਤੁਹਾਡੇ ਨਾਲ ਕਨੈਕਟ ਕਰ ਸਕਦਾ ਹਨਾ ਬਾਈ ਤੇ ਨੰਬਰ ਦੱਸ ਦਿਓ ਬਾਈ ਜੀ ਆਪਣਾ ਹਨਾ ਨੰਬਰ ਮੈਂ ਤੁਹਾਨੂੰ ਟੋਲ ਫ੍ਰੀ ਨੰਬਰ ਦੇ ਦਾਂਗਾ ਟੋਲ ਫ੍ਰੀ ਹਾਂਜੀ ਬਾਈ ਟੋਲ ਫ੍ਰੀ ਨੰਬਰ ਦੇ ਦਿਓ ਠੀਕ ਆ ਓਕੇ ਬਾਈ ਜੀ ਥੈਂਕ ਯੂ ਸਾਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਓਕੇ ਜੀ ਥੈਂਕ ਯੂ